इलाके में सनसनी तब फैल गई जब 2 दिन घर से लापता युवक की गंदे नाले में अधजली लाश मिली। जी हाँ, मामला जो है मोगा के गांव सिंघावाला से सामने आया, जहां पर उस समय सनसनी फैल गई जो 2 दिन से घर से लापता गुरमुख सिंह उर्फ सुनील की अधजली हुई लाश गांव के बाहर गंदे नाले से मिली। तो वहीं मौके पर पुलिस ने जो है आला अधिकारी पहुंचे और लाश को कब्जे में लेकर अगली कार्रवाई शुरू कर दिया। तस्वीरें सामने आई है। वहीं मृतक के पिता का कहना है कि वो 2 दिन पहले अपने चाचा के घर मोबाइल रिचार्ज करवाने के लिए गया था, इसके बाद से वो लापता हो गया और पूरा दिन उसकी तलाश की गई लेकिन वह नहीं मिला। तो वहीं जो है कल शाम को कुछ प्रवासी मजदूरों जो कि गंदे नाले पर पड़े एक युवक की फोटो वायरल करती, उस समय लाश जली नहीं हुई थी, लेकिन जब शाम को परिवार वालों ने वहां आकर उसकी पहचान की तो ये अंजली हुई पाई गई। और क्या कहना है मृतक के पारिवारिक मेंबरों का, और इसी मामले को लेकर किसान आगू का भी बयान सामने आया, पुलिस अधिकारी का क्या कहना है, आइए उनके जुबानी सुनते हैं। जी गुरमुख सिंह ਤੁਹਾਡਾ ਕੀ ਲੱਗਦਾ ਹੈ? ਮੇਰਾ ਬੇਟਾ ਹੈ ਜੀ। ਕਿਵੇਂ ਹਾਦਸਾ ਹੋਇਆ, ਕੀ ਕਹਾਣੀ ਹੋਈ? ਹਾਦਸਾ ਜੀ ਆ ਮੇਰਾ ਭਰਾ ਹੈ, ਪਹਿਲਾਂ ਮੇਰੇ ਨਾਲ ਕੰਮ ਤੇ ਸੀ, ਫਿਰ ਇਹਦੇ ਨਾਲ ਇਹਦੇ ਕੋਲ ਪੈਸੇ ਲੈਣ ਗਿਆ ਵੀ ਜਾ ਫੋਨ ਚ ਨੈਟ ਮੁੱਕ ਉਹਦਾ ਮੁੱਕ ਗਿਆ, ਕੀ ਉਹਨੂੰ ਕਹਿੰਦੇ ਆ ਬੈਲੈਂਸ, ਤੇ ਉਹ ਕਹਿੰਦਾ ਮੈਂ ਬੈਲੈਂਸ ਪਾਉਣਾ ਉਹਦੀ ਮਾਂ ਨੂੰ, ਕਹਿੰਦੇ ਵੀ ਵੈਸੇ ਉਹ ਕਹਿੰਦੇ ਵੀ ਘਰੇ ਤਾਂ ਹੈ ਨਹੀਂ, ਆਪਦੇ ਚਾਚੇ ਤੋਂ ਲਿਆ। ਉਹ ਇਹਨੂੰ ਫੋਨ ਲਾਇਆ ਸਲਾਦਪੁਰੇ ਗਿਆ ਸੀ, ਮੁੜ ਕੇ ਤੇ ਉਹ ਇੱਧਰੋਂ ਫੋਨ ਲਾ ਕੇ ਸੜਕ 'ਤੇ ਆਇਆ ਮੋਟਰਸਾਈਕਲ 'ਤੇ, ਫੋਨ ਦਾ ਕੋਲੇ ਆ ਤੇ ਸੜਕ ਤੋਂ ਪਤਾ ਨਹੀਂ ਜੀ ਵਾਪਸ ਘਰੇ ਨਹੀਂ ਪਹੁੰਚਿਆ। ਉਸ ਤੋਂ ਬਾਅਦ ਮੈਂ ਫੋਨ ਲਾਏ ਰਾਤ ਨੂੰ ਨਹਾ ਧੋ ਕੇ ਜਦੋਂ ਬਹਿ ਕੇ, ਮੈਂ ਕਿਹਾ ਵੀ ਇੰਨਾ ਚਿਰ ਹੋ ਗਿਆ 7 ਵਜੇ ਦੇ ਘਰੇ ਹੀ ਆ, 3 ਵਾਰੀ ਫੋਨ ਵੱਜਿਆ, ਚੌਥੀ ਵਾਰੀ ਬੰਦ ਹੋ ਗਿਆ। ਕਦੋਂ ਦੀ ਘਟਨਾ ਹੈ ਇਹ? ਐਤਵਾਰ ਦੀ 15 ਤਰੀਕ। ਹਾਂਜੀ, ਤੇ ਉਸ ਤੋਂ ਬਾਅਦ ਤੁਸੀਂ ਭਾਲ ਭੁਲ ਕੀਤੀ? ਅਸੀਂ ਜੀ 24 ਘੰਟੇ ਤਾਂ ਸਾਨੂੰ ਕਿਹਾ ਸੀ ਵੀ 24 ਘੰਟੇ ਤੁਸੀਂ ਕੋਈ ਰਿਪੋਰਟ ਨਾ ਦਿਓ, 24 ਘੰਟੇ ਭਾਲ ਪੁਛ ਕਰੋ, ਉਸ ਤੋਂ ਬਾਅਦ ਰਿਪੋਰਟ ਦਿਓ, ਵੀ ਉਦੋਂ ਪਹਿਲਾਂ ਰਿਪੋਰਟ ਦਿੱਤੀ ਗਲਤ ਹੋ ਜਾਂਦੀ ਹੈ। ਅੱਛਾ, ਅਸੀਂ 24 ਘੰਟੇ ਸਾਰੇ ਭਾਲ ਕੇ ਰਿਸ਼ਤੇਦਾਰੀਆਂ 'ਚ ਸਾਰੇ ਘੁੰਮ ਫਿਰ ਕੇ ਗੱਲਬਾਤ ਸੁਣ ਕੇ ਕਰਕੇ, ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ 4 ਬੰਦੇ ਸਟਾਫ ਵਾਲਿਆਂ ਨੇ ਫੜੇ ਹੋਏ ਆ। ਅੱਛਾ, ਤੇ ਅਸੀਂ ਉਹਨੂੰ ਵੇਖਣ ਚੱਲੇ ਸੀ ਜਦੋਂ ਸਾਨੂੰ ਇਸ ਲਾਸ਼ ਦਾ ਫੋਨ ਆਇਆ ਵੀ ਇੱਥੇ ਲਾਸ਼ ਪਈ ਸੀ ਜੀ, ਕਹਿੰਦੇ ਵੀ ਲਾਸ਼ ਪਈ ਆ ਅਤੇ ਗਰੁੱਪ 'ਚ ਫੋਟੋ ਪਾਈ ਸੀ, ਉਹ ਲਾਸ਼ 'ਚ ਜਣੀ ਵੀ ਕਹਿੰਦੇ ਵੇਖੋ, ਅਸੀਂ ਜਦੋਂ ਲਾਸ਼ ਆ ਕੇ ਵੇਖੀ ਤਾਂ ਅਸੀਂ ਉਹਦੇ ਸਿਆਣ ਲਿਆ ਸੀ, ਕਹਿੰਦਾ ਮੁੰਡਾ ਹੀ ਮੇਰਾ। ਕਿੱਦਾਂ ਦੀ ਸੀ ਕੰਡੀਸ਼ਨ? ਕਿੱਦਾਂ ਸੀ? ਕਿੱਦਾਂ ਜਿਹੜੀ ਪਹਿਲਾਂ ਫੋਟੋ ਪਾਈ ਜੀ ਭਈਆਂ ਨੇ ਸਾਨੂੰ ਦਿੱਤੀ ਆ, ਉਹ 'ਚ ਸਹੀ ਸਲਾਮਤ ਸੀ, ਜਦੋਂ ਇਹ ਸੀਗੀ ਗਰੁੱਪ 'ਚ ਫੋਟੋ ਆਈ ਤੋਂ ਬਾਅਦ ਇਹ ਸਾੜੀ ਪਈ ਸੀ। ਉਹਦੇ ਕਿਸੇ ਦਾ ਕੋਈ ਦੋਸ਼ ਬਣੀ ਰੰਜਸ਼ ਤੁਹਾਡੀ ਕਿਸੇ ਨਾਲ? ਨਹੀਂ, ਸਾਡੀ ਜਨਾਬ ਜੀ ਸਾਰੇ ਪਿੰਡ ਤੋਂ ਪੁੱਛ ਲਓ ਜੀ ਤੋਂ ਮਰਜ਼ੀ, ਵੀ ਸਾਡਾ ਕਿਸੇ ਨਾਲ ਇਹੋ ਜਿਹਾ ਵੱਟ ਮਰੋੜ ਹੈ ਨਹੀਂ, ਜੇ ਕਿਸੇ ਨਾਲ ਗੁੱਸੇ ਗਿਲੇ ਆ ਮੂੰਹ ਦੇ ਵੱਟ ਹੈ, ਸਾਡਾ ਕਿਸੇ ਨੂੰ ਦਸ਼ਮ ਦਸ਼ਮ ਨਹੀਂ, ਝੰਕੜੇ ਵਾਲਾ ਕੋਈ ਕੰਮ ਹੀ ਨਹੀਂ ਗਾ। ਕੀ ਕੰਮ ਕੀ ਕਰਦਾ ਸੀਗਾ? ਮੈਂ ਜੀ ਸਾਰੀ ਦਾ ਕੰਮ ਕਰਦਾ, ਉਹ ਮੁੰਡਾ ਮੇਰੇ ਨਾਲ ਲੇਬਰ ਦਾ ਕਰਦਾ ਸੀ। ਕੀ ਮੰਗ ਕਰਦੇ? ਹਾਂਜੀ, ਇਨਸਾਫ ਮਿਲਣਾ ਚਾਹੀਦਾ, ਸਾਨੂੰ ਇਨਸਾਫ ਮਿਲਣਾ ਚਾਹੀਦਾ, ਬਸ ਸਾਨੂੰ ਇਹ ਹੈ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਹੈ ਉਹ ਸਾਡੇ ਅੱਖਾਂ ਦੇ ਸਾਹਮਣੇ ਹੋਣੇ ਚਾਹੀਦੇ। ਕੋਈ ਸ਼ੱਕ ਸ਼ੁਬਾ ਹੋਵੇ? ਸ਼ੱਕ ਸ਼ੁਬਾ ਜਨਾਬ ਸਾਨੂੰ ਕਿਸੇ 'ਤੇ ਨਹੀਂ ਗੀ, ਕਿਉਂਕਿ ਅਸੀਂ ਐਵੇਂ ਸ਼ੱਕ ਸ਼ੁਬਾ 'ਚ ਕਹੀ ਚੱਲ ਗਏ, ਸ਼ੱਕ ਸ਼ੁਬਾ ਕਿਸੇ 'ਚ ਨਹੀਂ ਸਾਨੂੰ, ਜਾਣੀ ਇੰਨਾ ਜ਼ਰੂਰ ਹੈ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਕਿੰਨੀ ਕੁ ਉਮਰ ਸੀ ਮੁੰਡੇ ਦੀ? ਮੁੰਡੇ ਦੀ 22 ਸਾਲ ਦੀ ਉਮਰ ਹੈ ਜੀ, 1.5 ਸਾਲ ਦੀ ਕੁੜੀ ਹੈ ਉਹਦੀ। ਵਿਆਹ ਜੀ? ਦੇਖੋ ਅੱਜ ਅਸੀਂ ਪਿੰਡ ਸਿੰਘਾਂਵਾਲੇ ਦੇ ਵਿੱਚ ਬੜਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ, ਕਿਉਂਕਿ ਇੱਕ 22 ਸਾਲਾਂ ਦਾ ਨੌਜਵਾਨ ਜਿਹੜਾ ਮਜ਼ਦੂਰੀ ਦਾ ਕੰਮ ਕਰਦਾ ਸੀ, ਐਤਵਾਰ ਦੀ ਸ਼ਾਮ ਨੂੰ ਆਪਦੇ ਚਾਚੇ ਦੇ ਘਰ ਜਾਂਦਾ ਪੈਸੇ ਲੈਣ ਲਈ, ਪਰ ਉੱਥੇ ਉਹ ਘਰ ਨਹੀਂ ਮਿਲਦੇ ਉਹਨਾਂ ਨੂੰ, ਉੱਥੋਂ ਵਾਪਸ ਆ ਜਾਂਦਾ ਪਰ ਘਰ ਨਹੀਂ ਪਰਤਦਾ। ਰਾਤ ਤੱਕ, ਐਤਵਾਰ ਦੀ ਰਾਤ ਤੱਕ ਪੂਰਾ ਪਰਿਵਾਰ ਉਹਨੂੰ ਲੱਭਦਾ ਰਿਹਾ,
ਕੱਲ੍ਹ ਪੂਰਾ ਦਿਨ ਲੱਭਦੇ ਰਹੇ ਤਾਂ ਕੱਲ੍ਹ ਸ਼ਾਮ ਨੂੰ ਜਦੋਂ ਤਕਰੀਬਨ 3:30 ਵਜੇ ਸਾਡੇ ਪਿੰਡ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇੱਕ ਗਰੁੱਪ ਚੱਲਦਾ, ਉਹਦੇ ਵਿੱਚ ਜਦੋਂ ਇਹਦੀ ਫੋਟੋ ਪਾਈ ਗਈ ਅਤੇ ਦੱਸਿਆ ਗਿਆ, ਪੁੱਛਿਆ ਗਿਆ ਵੀ ਇਹਨੂੰ ਕਿਸੇ ਨੇ ਦੇਖਿਆ ਹੋਵੇ ਕਿਸੇ ਪਾਸੇ, ਤਾਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਇੱਕ ਸਾਥੋਂ ਸਾਡੇ ਤੱਕ ਫੋਟੋ ਪਹੁੰਚੀ ਜਿਹੜੇ ਕਿ ਇੱਥੇ NH 105B ਰੋਡ ਬਣਦਾ, ਉੱਥੋਂ ਦੇ ਪ੍ਰਵਾਸੀ ਮਜ਼ਦੂਰ ਇੱਥੇ ਅਕਸਰ ਹੀ ਲੰਘਦੇ ਆ ਪਰਲੇ ਪਾਸੇ, ਉਹ ਕਹਿੰਦੇ ਵੀ ਇੱਕ ਲਾਸ਼ ਪਈ ਆ ਡਰੇਨ ਦੇ ਨਾਲ। ਜਦੋਂ ਉਹਨਾਂ ਨੇ ਫੋਟੋ ਖਿੱਚ ਕੇ ਭੇਜੀ ਤਾਂ ਉਸ ਫੋਟੋ ਦੇ ਵਿੱਚ ਲਾਸ਼ ਦੇ ਪੂਰੇ ਕੱਪੜੇ ਪਾਏ ਹੋਏ ਸੀ, ਪਰ ਜਦੋਂ ਸਾਡੀ ਇੱਥੇ ਗਰੁੱਪ ਦੇ ਵਿੱਚ ਫੋਟੋ ਪੈਣ ਤੋਂ ਬਾਅਦ ਤਾਂ ਉਹ ਕਾਤਲਾਂ ਨੇ ਕੀ ਕੀਤਾ, ਇਸ ਲਾਸ਼ ਨੂੰ ਜਿਸ ਜਗ੍ਹਾ ਦੇ ਉੱਤੇ ਆਪਾਂ ਖੜ੍ਹੇ ਹਾਂ ਇੱਥੇ ਪਹਿਲਾਂ ਤਾਂ ਲਾਸ਼ ਸਹੀ ਸਲਾਮਤ ਸੀ, ਉਸ ਤੋਂ ਬਾਅਦ ਉਹਨਾਂ ਨੇ ਇੱਥੇ ਪਈ ਲਾਸ਼ ਦੇ ਉੱਤੇ ਹੀ ਅੱਗ ਲਾ ਕੇ ਚਲੇ ਗਏ। ਇਸ ਕਰਕੇ ਜਾਣੀ ਕਿ ਪੂਰਾ ਇਹ ਵੱਡਾ ਜਿਹੜਾ ਕਤਲ ਦੀ ਵੱਡੀ ਵਾਰਦਾਤ ਹੋਈ ਆ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਦੀ ਗੁੱਥੀ ਨੂੰ ਛੇਤੀ ਤੋਂ ਛੇਤੀ ਸੁਲਝਾਇਆ ਜਾਵੇ। ਅਸੀਂ ਜਥੇਬੰਦੀਆਂ ਵੱਲੋਂ ਵੀ ਇਸ ਪਰਿਵਾਰ ਦਾ ਸਹਿਯੋਗ ਕਰਦੇ ਹਾਂ, ਕਿਉਂਕਿ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਸੀ ਜਿਹਦਾ ਕਿਸੇ ਨਾਲ ਵੀ ਕੋਈ ਤਤਕਾਰ ਜਾਂ ਕੋਈ ਝਗੜਾ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ, ਪਰ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦੇਣਾ ਇਹ ਦੇਖੋ ਬਹੁਤ ਵੱਡੀ ਦੁੱਖ ਦੀ ਗੱਲ ਆ। ਕਾਰਨ ਸਾਡੇ ਜਿਹੜਾ ਜਦੋਂ ਦੇਖੋ ਪਿੰਡਾਂ ਦੇ ਵਿੱਚ ਸਾਨੂੰ ਪਤਾ ਹੁੰਦਾ ਵੀ ਜੇ ਤਾਂ ਕੋਈ ਪਰਿਵਾਰ ਦਾ ਕੋਈ ਵੈਰ ਵਿਰੋਧ ਹੋਵੇ ਕਿਸੇ ਨਾਲ ਬਹੁਤ ਵੱਡੀ ਪੱਧਰ 'ਤੇ, ਤਾਂ ਆਪਾਂ ਨੂੰ ਇਹ ਗੱਲ ਆਪਾਂ ਨੂੰ ਉਹਦੀ ਅੰਦਾਜ਼ਾ ਲੱਗ ਜਾਂਦਾ ਕਿ ਫਲਾਨੇ ਪਰਿਵਾਰ ਨਾਲ ਇਹਨਾਂ ਦੀ ਬਣਦੀ ਨਹੀਂ ਸੀ, ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ। ਠੀਕ ਆ ਕੋਈ ਨਿੱਕੀ ਮੋਟੀ ਗੱਲਬਾਤ ਘਰਾਂ 'ਚ ਕੋਈ ਹੋ ਸਕਦੀ ਆ ਉਹ, ਪਰ ਕੋਈ ਉਹੋ ਜਿਹੀ ਵੱਡੀ ਵਾਰਦਾਤ ਨਹੀਂ ਸੀ ਕਿ ਬੰਦੇ ਦਾ ਕਤਲ ਹੀ ਕਰ ਦਿੱਤਾ ਜਾਵੇ। ਇਸ ਕਰਕੇ ਅਸੀਂ ਪ੍ਰਸ਼ਾਸਨ ਨੇ ਵੀ ਸਾਨੂੰ ਭਰੋਸਾ ਦਵਾਇਆ ਕਿ ਅਸੀਂ ਛੇਤੀ ਤੋਂ ਛੇਤੀ ਇਸ ਮਸਲੇ ਦਾ ਹੱਲ ਕਰਾਂਗੇ, ਅਤੇ ਅਸੀਂ ਵੀ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਸ ਪਰਿਵਾਰ ਦੇ ਨਾਲ ਖੜ੍ਹੇ ਹਾਂ, ਜਿੱਥੇ ਵੀ ਸਾਡੀ ਜ਼ਰੂਰਤ ਪਈ ਅਸੀਂ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਇੱਕ ਕੱਲ੍ਹ ਰਾਤ 8 ਵਜੇ ਸ਼ਾਮ ਨੂੰ ਜੀ ਡੈੱਡ ਬੋਡੀ ਮਿਲੀ ਹੈ ਡਰੇਨ ਦੇ ਵਿੱਚੋਂ, ਸਿੰਘਾਂ ਵਾਲੇ ਦੇ ਵਿੱਚੋਂ, ਗੁਰਮੁਖ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਸਿੰਘਾਂ ਵਾਲੇ ਦੀ ਜੀ। ਮਾਮਲਾ ਉਹਨਾਂ ਦੇ ਬਿਆਨ 'ਤੇ, ਫਾਦਰ ਦੇ ਬਿਆਨ 'ਤੇ ਜਿਹੜਾ ਮੌਕਾ ਵੇਖ ਕੇ ਡੈੱਡ ਬੋਡੀ ਨੂੰ ਦੇਖ ਕੇ ਲੱਗਦਾ ਵੀ ਇਹ ਗੁਰਮੁਖ ਸਿੰਘ ਦਾ ਕਤਲ ਹੋਇਆ। ਇਹ ਕੁਛ ਅੱਧ ਜਲੀ ਬੋਡੀ ਹੈ ਝੁਲਸੀ ਹੋਈ ਅੱਗ ਨਾਲ ਜੀ। ਕਿੰਨੀ ਕੁ ਉਮਰ ਹੋਏਗੀ ਇਹਦੀ? 22-23 ਸਾਲ ਉਮਰ ਹੈ ਜੀ। ਇਹ ਸਿੰਘਾਂ ਵਾਲੇ ਪਿੰਡ ਦਾ ਰਹਿਣ ਵਾਲਾ। ਕੁਛ ਉਹਨਾਂ ਨੇ ਕੀ ਬਿਆਨ ਕੀ ਦਿੱਤਾ ਜੀ, ਕਿੱਦਾਂ ਘਰੋਂ ਗਿਆ ਸੀ? ਉਹਨਾਂ ਨੇ ਦੱਸਿਆ ਜੀ ਵੀ ਇਹ ਸ਼ਾਮ ਨੂੰ ਕੁਛ 1 ਵਜੇ ਪਰਸੋਂ 15 ਤਰੀਕ ਨੂੰ ਆਪਣੇ ਚਾਚੇ ਦੇ ਘਰੋਂ ਸਤਨਾਮ ਸਿੰਘ ਦੇ ਘਰੋਂ ਪੈਸੇ ਲੈਣ ਵਾਸਤੇ ਗਿਆ ਸੀਗਾ ਅਤੇ ਘਰ ਵਾਪਸ ਨਹੀਂ ਆਇਆ। ਫਿਰ ਉਹ ਤਲਾਸ਼ ਕਰਦੇ ਰਹੇ ਰਾਤ ਨੂੰ ਅਤੇ ਅਗਲੇ ਨੈਕਸਟ ਡੇ 16 ਤਰੀਕ ਨੂੰ ਸ਼ਾਮ ਨੂੰ ਇਹਨਾਂ ਨੂੰ ਪਤਾ ਲੱਗਿਆ ਵੀ ਉੱਥੇ ਕੋਈ ਡੈੱਡ ਬੋਡੀ ਪਈ ਹੈ ਡਰੇਨ ਦੇ ਵਿੱਚ। ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਦੇ ਬੇਟੇ ਗੁਰਮੁਖ ਸਿੰਘ ਸੀ। ਜਦੋਂ ਭਰੋਲਾ ਪਤਾ ਸੀਗਾ ਤਾਂ ਕੀ ਕਰਦੇ ਨੇ, ਰਿਪੋਰਟ ਵਗੈਰਾ ਲਿਖਾਈ ਸੀ? ਇਹ ਤਲਾਸ਼ ਕਰ ਰਹੇ ਸੀ ਅਜੇ ਫਿਲਹਾਲ। ਹਾਂਜੀ।